ਸਿੰਘ ਜੀ ਹੋਰਾਂ ਨੇ ਰਤਵਾੜਾ ਸਾਹਿਬ ਦੇ ਵਿੱਚ ਜੋ ਸਥਾਨ ਵਸਾਇਆ ਹੈ ਉੱਥੇ ਬਹੁਤ ਹੀ ਗਹਿਮਾ ਗਹਿਮਾ ਰੌਣਕਾਂ ਹਨ। ਉਹਨਾਂ ਨੇ ਵੀ ਜਿਸ ਪ੍ਰਦੇਸ਼ਾਂ ਵਿੱਚ ਜਾ ਕੇ ਜੋ ਪ੍ਰਚਾਰ ਕੀਤਾ ਹੈ ਉਹ ਆਪ ਸਾਰੇ ਜਾਣਦੇ ਹੋ, ਅਤੇ ਉਸੇ ਜਗ੍ਹਾ ਤੋਂ ਵਸਾਏ ਹੋਏ ਬਾਬਾ ਜੀ ਆਪ ਜੀ ਦੇ ਨਾਲ ਕੀਰਤਨ ਦੁਆਰਾ ਸਾਂਝ ਪਾਉਣਗੇ। ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ ਹਨ। ਗੁਰਬਾਣੀ ਕਥਾ ਇਤਿਹਾਸ ਵਿਚਾਰ ਜੋ ਵੀ ਹੈ ਆਪਾਂ ਉਹਨਾਂ ਪਾਸੋਂ ਸਰਵਰ ਕਰਨੀ ਹੈ, ਅਤੇ ਅੱਜ ਦਾ ਦੀਵਾਨ ਦੂਸਰਾ ਦੀਵਾਨ ਹੈ, ਇਸ ਤੋਂ ਬਾਅਦ ਇੱਕ ਕੱਲ੍ਹ ਨੂੰ ਹਨ ਅਤੇ ਇੱਕ ਪਰਸੋਂ ਨੂੰ ਦੋ ਦੀਵਾਨ ਹੋਰ ਹਨ। ਉਹ ਸ਼ਾਮ ਨੂੰ ਕਰਨੇ ਹਨ, 7 ਵਜੇ ਤੋਂ ਲੈ ਕੇ 7:45 ਤੱਕ ਦੀਵਾਨ ਹੋਣਾ ਹੈ। ਉਹਦੇ ਬਾਅਦ ਇੱਕ ਮੰਗਲਵਾਰ ਨੂੰ ਇਸੇ ਤਰ੍ਹਾਂ ਦੀਵਾਨ ਹੋਵੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਉਹ ਮੰਮਾ ਕੇ ਆਉਣਾ ਅਤੇ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰ ਕੇ ਬਾਬਾ ਜੀ ਦਾ ਦਰਸ਼ਨ ਸਰਵਣ ਕਰਕੇ ਆਪਾਂ ਲਾਹਾ ਜਾਣਾ ਹੈ। ਸਾਰਿਆਂ ਦਾ ਧੰਨਵਾਦ ਭੁੱਲਾ ਚੁੱਕਾ ਜੀ, ਬੀਮਾ ਬਖਸ਼ਣੀ ਜਿਹਨਾਂ ਪਰਿਵਾਰਾਂ ਨੇ
ਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਟ ਖੋਤ ਸਭ ਆਤਮ ਰਾਮ ਪਛਾਣਿਆ ਇੱਕ ਬਰਮ ਦਿਸ ਬਹਮ ਸੁਣੀਏ ਏਕੋ ਏਕ ਬਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪਿਛੈ ਇੱਕ ਬਿਨ ਕੋਏ ਨਾਨਕ ਇਹ ਲੱਛਣ ਬਰਮ ਗਿਆਨੀ ਹੋਏ ਆਤਮ ਰਾਮ ਪਛਾਣਿਆ ਇੱਕ ਰਵਿਆ ਇੱਕ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ
ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਤੇ ਸੇਵਾ ਹੋਤ ਸੱਚ ਸੱਚੇ ਸੇਵਾ ਤੇਰੀ ਹੋਤ ਵਾਹਿਗੁਰੂ ਗੁਰੂ ਪਿਆਰੀ ਸਤ ਸੰਗਤ ਜੀ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾਈ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ, ਸਤਨਾਮ ਸ੍ਰੀ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਗੁਰੂ ਘਰ ਮਿਲਵੁੱਡ ਇਹ ਐਡਮਿੰਟਨ ਕਨੇਡਾ ਦੀ ਧਰਤੀ 'ਤੇ ਸਥਿਤ ਹੈ। ਇੱਥੇ ਜਿਵੇਂ ਹੁਣੇ ਤੁਸੀਂ ਸਤਿਕਾਰਯੋਗ ਸਟੇਜ ਸਕੱਤਰ ਸਾਹਿਬਾਨ ਪਾਸੋਂ ਸੁਣ ਰਹੇ ਸੀ, ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਰਤਵਾੜਾ ਸਾਹਿਬ ਦੇ ਬਾਨੀ ਮਹਾਂਪੁਰਸ਼ 1998 ਈਸਵੀ ਦੇ ਵਿੱਚ ਆਏ ਸਨ। 3 ਦਿਨ ਦੇ ਸਤਸੰਗ ਸਨ। ਇੰਨਾ ਪ੍ਰੇਮ ਪਿਆਰ ਇਸ ਕਮੇਟੀ ਦਾ ਵੇਖ ਕੇ, ਪ੍ਰਬੰਧਕਾਂ ਦਾ ਵੇਖ ਕੇ, ਸਤਪੁਰਸ਼ਾਂ ਨੇ ਅਗਲੇ ਪ੍ਰੋਗਰਾਮ ਜੋ ਟੋਰਾਂਟੋ ਦੇ ਸਨ ਕੈਂਸਲ ਕਰ ਦਿੱਤੇ ਅਤੇ ਇੱਥੇ ਹੋਰ ਸਤਸੰਗ ਬਖਸ਼ਿਸ਼ ਕੀਤੇ ਸਨ। ਉਸ ਸਮੇਂ ਕਿਉਂਕਿ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ, ਉਹਨਾਂ ਨੇ ਬਚਨ ਕੀਤੇ ਕਿ ਜੋ ਤੁਸੀਂ ਇਸ ਅਸਥਾਨ ਦਾ ਨਾਮ
ਗੁਰਦੁਆਰਾ ਰਾਮਗੜੀਆ ਰੱਖਿਆ ਹੈ, ਇਸ ਦੀ ਜਗ੍ਹਾ 'ਤੇ ਤੁਸੀਂ ਇਹਦਾ ਨਾਮ ਮਿਲਵੁੱਡ ਰੱਖੋ। ਇਹਨਾਂ ਪ੍ਰਬੰਧਕਾਂ ਨੇ ਬੇਨਤੀ ਮੰਨ ਲਈ ਅਤੇ ਕਿਰਪਾ ਹੈ, ਕਿਉਂਕਿ ਕੀਰਤੀ ਸਿੰਘ ਹਨ, ਗੁਰੂ ਮਹਾਰਾਜ ਜੀ ਨੇ ਕਿਰਤ ਕਰਨਾ, ਨਾਮ ਜਪਣਾ, ਵੰਡ ਸਕਣਾ। ਗੁਰਮੁਖ ਨਾਮ ਦਾਨ, ਇਸ਼ਨਾਨ, ਇਹ ਵੇ ਆਫ ਲਾਈਫ ਸਾਨੂੰ ਜੀਵਨ ਜਾਚ ਦਾ ਇਹ ਢੰਗ ਦਰਸਾਇਆ ਹੈ। ਕਿਉਂਕਿ ਜਦੋਂ ਆਪ ਜੀ ਧੰਨ ਗੁਰੂ ਨਾਨਕ ਜੀ ਨੇ ਪਹਿਲੀ ਉਦਾਸੀ ਧਾਰਨ ਕੀਤੀ, ਲਗਾਤਾਰ 72 ਘੰਟੇ ਦਾ ਸਫ਼ਰ ਤੈਅ ਕਰਦੇ ਹੋਏ ਏਮਨਾਬਾਦ ਭਾਈ ਲਾਲੋ ਜੀ ਦੇ ਘਰ ਨੂੰ ਭਾਗ ਲਾਏ ਸਨ। ਕਿਰਪਾ ਹੈ, ਉੱਥੇ ਇਹ ਵੇ ਆਫ ਲਾਈਫ ਜ਼ਿੰਦਗੀ ਜਿਉਣ ਦੇ ਢੰਗ ਦੱਸੇ ਕਿ ਕਿਰਤ ਕਰਨਾ, ਜਿਵੇਂ ਭਾਈ ਲਾਲੋ ਜੀ ਕਿਰਤ ਕਰਦੇ ਸਨ, ਅਤੇ ਦੂਜੇ ਪਾਸੇ ਮਲਕ ਭਾਗੋ ਸੀ, ਉਸ ਨੂੰ ਇਹ ਗਿਆਨ ਕਰਾਇਆ ਕਿ ਕਿਰਤ ਵਿੱਚ ਕਿੰਨਾ ਆਨੰਦ ਹੈ। ਅਤੇ ਕਰਦੇ ਕਰਦੇ ਜੋ ਆਖਰੀ ਅੰਤਿਮ ਗੋਲ ਹੈ ਵੇ ਆਫ ਲਾਈਫ ਤੋਂ, ਉਹ ਗੁਰੂ ਨਾਨਕ ਦੇ ਦਰ 'ਤੇ ਇਹ ਮਿਲਦਾ ਹੈ ਏਮ ਆਫ ਲਾਈਫ, ਕਿ ਜਿਹੜਾ ਇੱਥੇ ਉਸ ਤੱਕ ਪਹੁੰਚਣਾ, ਏਕੋ ਬਰਮ ਦੁਤੀਆ ਨਾਸਤੀ, ਆਪਾਂ ਜਿਸ ਤਰ੍ਹਾਂ ਹੀ ਪਹੁੰਚਣਾ, ਉਹ ਸਾਨੂੰ ਇਹ ਸਰੀਰ ਮਿਲਿਆ ਹੈ। ਇਹਦੀ ਵਿਚਾਰ ਆਪਾਂ ਕੱਲ੍ਹ ਸ਼ੁਰੂ ਕੀਤੀ ਸੀ ਕਿ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੁਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ, ਸਭ ਆਤਮ ਰਾਮ ਪਛਾਣਿਆ ਇੱਕੋ ਰਵਿਆ ਇੱਕ ਓਤ ਪੋਤ, ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ, ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ। ਇਸ ਤਰ੍ਹਾਂ ਦੇ ਨਾਲ ਇਹ ਸਰੀਰ ਦੇ ਅੰਦਰ ਨਾਮ ਹੈ, ਨਾਮ ਤਾਂ ਭਾਵੇਂ ਸਾਰਿਆਂ ਅੰਦਰ ਹੀ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਪਰ ਉਹਨਾਂ ਨੂੰ ਅਧਿਕਾਰ ਨਹੀਂ ਹੈ, ਉਹ ਤਾਂ ਕਰਮ ਯੋਨੀਆਂ ਹਨ। ਇੱਕ ਸਾਨੂੰ ਮਾਨਕ ਤਨ ਦੇ ਵਿੱਚ ਇਹ ਅਧਿਕਾਰ ਹੈ ਕਿ ਜਿਹੜੀ ਉਹ ਜੋਤ ਹੈ ਉਹ ਸਾਰਿਆਂ ਵਿੱਚ ਵੇਖਣੀ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਇਸ ਨੂੰ ਕਿਵੇਂ ਆਪਾਂ ਪ੍ਰਗਟ ਕਰਨਾ ਹੈ, ਕਿਉਂਕਿ ਜਦੋਂ ਅਸੀਂ ਰੋਜ਼ ਅਭਿਆਸ ਕਰਦੇ ਹਾਂ, ਸਰੀਰ ਨੂੰ ਚਲਾਉਣ ਵਾਲਾ ਜੇ ਇਹਦਾ ਡਰਾਈਵਰ ਕਹੀਏ ਉਹ ਮਨ ਹੈ, ਅਤੇ ਆਪਾਂ ਇੱਥੇ ਵਿਚਾਰ ਛੱਡੀ ਸੀ, ਕਿਉਂਕਿ ਮਨ ਦਾ ਹੀ ਸਾਰਾ ਕੰਮ ਹੈ। ਮਨ ਆਉਂਦਾ ਨਹੀਂ ਇੱਥੇ, ਟਿਕਦਾ ਨਹੀਂ, ਮਨ ਨੂੰ ਮਨਾਉਣਾ ਹੈ। ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਮਨ ਪਰਦੇਸੀਆ ਵੇ ਪਿਆਰੇ ਆਓ ਘਰੇ, ਇਹ ਜਿਹੜੀ ਨੌ ਘਰ ਦੇਖ ਜੋ ਕਾਮਣ ਭੁੱਲੀ,
ਸੁਰਤ ਉਡਾਰੀ ਮਾਰਦੀ ਹੈ, ਦਰਵਾਜ਼ਿਆਂ 'ਚੋਂ ਬਾਹਰ ਨੂੰ ਨਿਕਲਦੀ ਹੈ। ਨੌ ਜਿਹੜੇ ਦੁਆਰੇ ਨੇ ਸਰੀਰ ਦੇ, ਅੱਖ, ਕੰਨ, ਨੱਕ, ਥੱਲੇ ਦੇ ਮੂੰਹ ਦੁਆਰੇ ਜੋ ਹਨ, ਇਹ ਸਾਰੇ ਬਾਹਰ ਨੂੰ ਖੁੱਲ੍ਹਦੇ ਨੇ। ਇਹਨਾਂ ਦੇ ਵਿੱਚ ਇਹਨੂੰ ਚਲਾਉਣ ਵਾਲਾ ਜਿਹੜਾ ਮਨ ਹੈ, ਮੰਮਾ ਮਨ ਸਿਵ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਯਾਦ ਹੋਣਾ ਤੁਹਾਨੂੰ, ਕੱਲ੍ਹ ਇੱਥੇ ਵਿਚਾਰ ਛੱਡੀ ਸੀ, ਆ ਉੱਥੋਂ ਸ਼ੁਰੂ ਕਰੀਏ ਕਿ ਇਹ ਜਿਹੜਾ ਐਸਾ ਮਿੱਤਰ ਵੀ ਹੈ ਅਤੇ ਵੈਰੀ ਵੀ ਹੈ, ਦੋਨੇ ਗੱਲਾਂ ਨੇ। ਅਤੇ ਜਿਹਨੇ ਇਸ ਨੂੰ ਜਿੱਤ ਲਿਆ, ਮਨ ਜੀਤੇ ਜੱਗ ਜੀਤ, ਜਿਨ ਮਨ ਵੈਰੀ ਨੂੰ ਜਿੱਤਿਆ ਉਹਨੇ ਜਿੱਤੀ ਸਾਰੀ ਦੁਨੀਆ, ਉਹਨੇ ਜਿੱਤੀ ਸਾਰੀ ਦੁਨੀਆ, ਸਾਰੀ ਦੁਨੀਆ ਨੂੰ ਜਿੱਤਿਆ ਜੀ, ਉਹਨੇ ਜਿੱਤੀ ਸਾਰੀ ਦੁਨੀਆ, ਸਾਰੀ ਦੁਨੀਆ ਉਹਨੇ ਜਿੱਤੀ, ਸਾਰੀ ਦੁਨੀਆ ਸਾਰੀ ਦੁਨੀਆ, ਸਾਰੀ ਦੁਨੀਆ।
ਹਰੀ ਨੂੰ ਜਿੱਤਿਆ, ਉਹਨੇ ਜਿੱਤੀ ਸਾਰੀ ਦੁਨੀ ਨੂੰ ਜਿੱਤਿਆ, ਉਹਨੇ ਜਿੱਤੀ ਸਾਰੀ ਦੁਨੀਆ। ਮਨ ਜੀਤੇ ਇਹ ਜਿੱਤ ਲਿਆ, ਸਮਝ ਲਓ ਸਾਰਾ ਜੱਗ ਹੀ ਜਿੱਤ ਲਿਆ। ਜੱਗ ਜੀਤ, ਇੱਕ ਰਾਜਾ ਜਾਗਾਤੀ ਹੋਇਆ ਹੈ, ਉਹਨੇ ਬਹੁਤ ਸਾਰੇ ਰਾਜੇ ਕੈਦ ਕਰ ਲਏ, ਕਹਿੰਦਾ ਹੁਣ ਮੈਂ ਰਾਜਸੂ ਜੱਗ ਕਰਨਾ ਹੈ। ਅਤੇ ਉਹਦੇ ਸਿਆਣੇ ਸਨ ਵਜ਼ੀਰ, ਕਹਿਣ ਲੱਗੇ ਰਾਜਨ ਇੱਕ ਦੁਸ਼ਮਣ ਬਾਕੀ ਹੈ, ਉਹ ਹੈ ਮਨ ਰਾਜਾ ਸੁਲਤਾਨ। ਕਹਿੰਦਾ ਇਹ ਕਿੱਥੇ ਰਹਿੰਦਾ? ਕਹਿੰਦੇ ਸਰੀਰ ਵਿੱਚ ਹੀ ਹੈ। ਅਤੇ ਉਹ ਇੰਨਾ ਸੂਖਸ਼ਮ ਹੈ, ਜਿਹੜੇ ਸਰੀਰ ਸਾਹ ਲੈਂਦਾ ਹੈ ਉਹਦਾ ਵਹੀਕਲ ਹੈ, ਉਹਦੇ ਉੱਤੇ ਦੌੜਦਾ ਹੈ। ਹੁਣ ਇੱਥੇ ਬੈਠੇ ਹਾਂ, ਮਨੁਆ ਦਹਿ ਦਿਸ ਧਾਮ ਦਾ ਉਹ ਕੈਸੇ ਹਰ ਗੁਣ ਗਾਵੇ, ਕਿੰਨਾ ਧਿਆਨ ਇਹ ਖਿੱਚਦਾ ਹੈ ਦੂਜੇ ਪਾਸੇ ਵੱਲ, ਕਿਉਂ ਮਨ ਨਿਵਾਣ ਵੱਲ ਜਾਂਦਾ ਹੈ। ਫਿਰ ਇਹਨੂੰ ਪੁੱਛਿਆ ਕਿ ਉਹਦੀਆਂ ਫੌਜਾਂ ਕਿਹੜੀਆਂ ਨੇ? ਕਹਿੰਦੇ ਉਹ ਫੌਜਾਂ ਵੀ ਉਹਦੇ ਅੰਦਰ ਨੇ, ਉਹ ਆਰਡਰ ਕਰ ਦਿੰਦਾ ਬੁੱਧ ਨੂੰ, ਬੁੱਧ ਚਿੱਤ ਨੂੰ ਪ੍ਰੇਰਦੀ ਹੈ, ਚੇਤੇ ਕਰਵਾਉਂਦੀ ਹੈ। ਅਹਿਮ ਭਾਵ, ਮੈਂ ਭਾਵ 'ਚ ਫਿਰ ਉਹ ਲੜਦਾ ਹੈ, ਮੇਰੀ ਮੇਰੀ ਕਰਦਾ ਹੈ ਜਿਵੇਂ ਤੂੰ ਕਰਦਾ ਹੈ। ਕਹਿੰਦਾ ਹੈ ਐਸਾ ਰਾਜਾ ਮੈਂ ਉਹਨੂੰ ਵੀ ਜਿੱਤ ਲਵਾਂਗਾ। ਕਹਿੰਦਾ ਜਦੋਂ ਮੈਂ ਐਡੇ ਐਡੇ ਵੱਡੇ ਰਾਜੇ ਜਿੱਤ ਲਏ, ਉਹ ਕੀ ਮੇਰੇ ਸਾਹਮਣੇ, ਉਹ ਤਾਂ ਅੰਦਰ ਹੀ ਹੈ, ਅੰਦਰ ਦੁਸ਼ਮਣ ਬੈਠਾ ਹੈ, ਮੈਂ ਉਹਨੂੰ ਜਿੱਤਾਂਗਾ। ਹੋਇਆ ਕਿ 6 ਮਹੀਨੇ ਦਾ ਟਾਈਮ ਰੱਖ ਲਿਆ ਕਿ ਜੇ ਮੈਂ ਇਹਨੂੰ ਜਿੱਤ ਨਾ ਸਕਿਆ ਤਾਂ ਕਹਿੰਦਾ ਫਿਰ ਮੈਂ ਆਪਣੇ ਆਪ ਦਾ, ਆਤਮ ਦਾ ਜਿਵੇਂ ਸੁਸਾਈਡ ਕਹਿੰਦੇ ਹਨ, ਕਰ ਲਵਾਂਗਾ। ਗੁਰੂ ਮਹਾਰਾਜ ਜੀ ਨੇ ਵੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਐਸਾ ਰਾਜਾ ਦੱਸਿਆ ਹੈ, ਕਿਹੜਾ ਰਾਜਾ? ਰਾਜਾ ਬਾਲਕ ਜੀ ਨਗਰੀ ਕਾਚੀ, ਹੋ ਰਾਜਾ ਬਾਲਕ ਜੀ ਨਗਰੀ ਕਾਚੀ ਕਾਚੀ,
ਹੀਰਾ ਦਾ ਬਾਲਕ ਜੀ ਨਗਰੀ ਕਾਚੀ ਰੀ ਕਾਚੀ ਹੋ ਰਾਜਾ ਬਾਲਕ ਰੀ ਕਾਚੀ ਰੀ ਕਾਚੀ ਨਗਰੀ ਕਾਤੀ ਨਗਰੀ ਕਾਤੀ ਨਗਰੀ ਕਾਤੀ ਨਗਰੀ ਕਾਤੀ ਹੋ ਨਗਰੀ ਕਾਤੀ ਨਗਰੀ ਕਾਤੀ ਨਗਰੀ ਕਾਤੀ ਨਗਰੀ ਕਾਤੀ ਰਾਜਾ ਬਾਲਕ ਜੀ ਨਗਰੀ ਕਾਤੀ ਹਾਂ ਰਾਜਾ ਬਾਲਕ ਨਗਰੀ ਕਾਤੀ ਨਗਰੀ ਕਾਤੀ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਜਿਹੜੇ ਦੁਸ਼ਟ ਨੇ ਉਹ ਸਾਧ ਸੰਗਤ ਦੇ ਕਰਨ ਨਾਲ ਜਿਹੜੇ ਉਹ ਦੁਸ਼ਟ ਵਸ 'ਚ ਆਉਂਦੇ ਹਨ। ਇਹ ਇੱਕ ਕਿਲਾ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਸਮੇਰ ਪਰਬਤ ਦੇ ਉੱਤੇ ਗਏ ਸਨ, ਸਿੱਧ ਛੁਪ ਬੈਠੇ ਪਰਬਤੀ ਕੌਣ ਜਗ ਪਾਰ ਉਤਾਰਾ, ਉਹਨਾਂ ਨੇ ਇਹ ਕਿਹਾ। ਜਦੋਂ ਉਹਨਾਂ ਨੇ ਪੁੱਛਿਆ ਸਿੱਧਾਂ ਨੇ ਕਿ ਦੁਨੀਆ ਦਾ ਹਾਲ ਦੱਸੋ, ਕਹਿੰਦੇ ਜਿਹੜੇ ਤੁਸੀਂ ਨੇਕ ਰਾਜੇ ਸਨ ਉਹਨਾਂ ਦੇ ਤਾਂ ਕੰਨਾਂ ਵਿੱਚ ਮੁੰਦਰਾਂ ਪਵਾ ਦਿੱਤੀਆਂ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰਵਾਰ, ਉਹਨਾਂ ਦੇ ਘਰਵਾਰ ਛਡਾ ਦਿੱਤੇ ਅਤੇ ਉੱਥੇ ਮਹਿਲਾਂ ਵਿੱਚ ਰਾਣੀਆਂ ਰੋ ਰਹੀਆਂ ਨੇ, ਇੱਥੇ ਤੁਸੀਂ ਬੈਠੇ ਉਹਨਾਂ ਗ੍ਰਿਸ਼ਤੀਆਂ ਦੇ ਅੱਗੇ ਅਲਖ ਜਗਾਉਂਦੇ ਹੋ, ਕਿਉਂਕਿ ਘਰ ਘਰ ਮੰਗੇ ਪਿੱਖਿਆ ਜਾਏ, ਰੋਵੇ ਰਾਜੇ ਕੰਨ ਪੜਾਏ। ਇਹ ਇਸ ਤਰ੍ਹਾਂ ਦੇ ਨਾਲ ਜੁਗਤ ਨਹੀਂ ਜਾਣੀ। ਜੁਗਤ ਤਾਂ ਸੀ ਜਿਹੜਾ ਸ੍ਰੀ ਰਾਜਾ ਮਨ, ਮਨ ਨੂੰ ਪਛਾਣਨ ਦੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅਤੇ ਜੁਗਤ ਨਹੀਂ ਜਾਣੀ ਅਤੇ ਫਿਰ ਘਰ ਬਾਰ ਛੱਡ ਦਿੱਤੇ, ਅਤੇ ਜਿਨ੍ਹਾਂ ਨੂੰ ਛੱਡਿਆ ਫਿਰ ਉਹਨਾਂ ਦੇ ਅੱਗੇ ਹੀ ਜਾ ਕੇ ਮੰਗਤੇ ਬਣਦੇ ਹੋ, ਅਲਖ ਜਗਾਉਂਦੇ ਹੋ। ਅਤੇ ਇਸ ਤਰ੍ਹਾਂ ਲੋੜ ਤਾਂ ਜੁਗਤ ਦੀ ਸੀ,
ਹੁਣ ਤੁਸੀਂ ਹਾਲ ਪੁੱਛਦੇ ਹੋ, ਚੰਗਿਆਈ ਕੱਢ ਲਓ, ਪਿੱਛੇ ਫਿਰ ਬਰਿਆਈ ਹੀ ਰਹਿਣੀ ਹੈ। ਉਹ ਮਨ ਐਸਾ ਰਾਜਾ ਹੈ ਜਿਹੜਾ ਰਾਜ ਕਰ ਰਿਹਾ ਹੈ, ਬਾਲਕ ਹੈ ਅਤੇ ਦੁਸ਼ਟਾਂ ਨਾਲ ਉਹਦਾ ਪਿਆਰ ਹੈ। ਜਾਗਾਤੀ ਰਾਜਾ ਕਹਿੰਦਾ ਮੈਂ ਜਿੱਤ ਲਵਾਂਗਾ, 6 ਮਹੀਨੇ ਸਾਧਨ ਕਰਦਾ ਰਿਹਾ, ਹੱਠ ਨਾਲ ਕਰਦਾ ਰਿਹਾ, ਪਰ ਜਿਹੜਾ ਮਨ ਹੈ ਨਾ, ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਇਹ ਜਿਹੜਾ ਮਨ ਹੱਠ ਨਾਲ ਤਾਂ ਹੁੰਦਾ ਨਹੀਂ, ਹੱਠ ਯੋਗ ਹੈ। ਉਹਦੇ 8 ਅੰਗ ਹਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਯੋਗੀ ਜਿਹੜੇ ਜਿਨ੍ਹਾਂ ਦਾ ਜੋੜ ਸੀ, ਆ ਸੰਗਲਾ ਦੀਪ ਟਾਪੂ ਜਿਹਨੂੰ ਅੱਜ ਲੰਕਾ ਕਹਿੰਦੇ ਹਨ, ਗੁਰੂ ਮਹਾਰਾਜ ਉੱਥੇ ਗਏ। ਰਮੇਸ਼ਵਰ ਤੀਰਥ ਹੈ ਉੱਥੇ, ਇੱਕ ਹਰੀ ਰਾਮ ਸੰਤ ਸਨ, ਅੱਜ ਵੀ ਉਹਨਾਂ ਦੀ ਨਿਸ਼ਾਨੀ ਮੌਜੂਦ ਹੈ, ਪਾਦਕਾ, ਚਰਨ ਪਾਦਕਾ ਜਿਹਦੀ ਉਹ ਪੂਜਾ ਕਰਦਾ ਗੁਰੂ ਨਾਨਕ ਮਹਾਰਾਜ ਦੀ, ਉੱਥੇ ਹੁਣ ਗੁਰੂ ਅਸਥਾਨ ਕਾਇਮ ਹਨ। ਉੱਥੋਂ ਅੱਗੇ ਲੰਕਾ ਪੈਂਦੀ ਹੈ, ਥੋੜ੍ਹੀ ਦੂਰ ਹੀ ਹੈ, ਸੰਗਲਾ ਦੀਪ ਟਾਪੂ। ਉੱਥੋਂ ਦਾ ਰਾਜਾ ਸ਼ਿਵਨਾਭ ਸੀ, ਜੋ ਰਾਜਾ ਅਮਰੂ ਸੀ ਇਹਦਾ ਪਿਤਾ ਸੀ। ਹੁਣ ਗੋਰਖ ਦਾ ਜਿਹੜਾ ਗੁਰੂ ਸੀ ਮਛੰਦਰ, ਉਹਨੂੰ ਮਨ ਧੋਖਾ ਦੇ ਗਿਆ। ਕਿਵੇਂ ਧੋਖਾ ਦੇ ਗਿਆ? ਉਹਨੇ ਦੇਖਿਆ ਯੋਗ ਸਿੱਧੀ ਦੇ ਨਾਲ ਕਿ ਉਹ ਰਾਜਾ ਅਮਰੂ ਸਰੀਰ ਛੱਡ ਗਿਆ ਅਤੇ ਉਹਦੇ ਵਿੱਚ ਅਨਮਨ ਸਿੱਧੀ ਨਾਲ ਪ੍ਰਵੇਸ਼ਤਾਈ ਕੀਤੀ, ਆਪਣਾ ਸਰੀਰ ਕੰਦਰਾਂ ਵਿੱਚ ਲੁਕੋ ਦਿੱਤਾ ਕਿ ਕੋਈ ਦੇਖੇ ਨਾ। ਪਰ ਉਹ ਤਾਂ ਉੱਤੋਂ ਦੇਖ ਰਿਹਾ, ਅੱਗੋਂ ਦੇਖੇ, ਪਿੱਛੋਂ ਦੇਖੇ, ਦੇਹ ਕਵਾੜ ਅਨਕ ਪੜਦੇ ਮੈਂ, ਪਰਦਾਰਾ ਸੰਗ ਫੱਕ ਚਿੱਤਰਗੁਪਤ ਜਬ ਲੇਖਾ ਮੰਗੇ। ਅੱਜ ਕੱਲ੍ਹ ਤਾਂ ਸੀਕ੍ਰੇਟ ਕੈਮਰੇ ਆ ਗਏ ਨੇ। ਉਸ ਸਮੇਂ ਗੁਰੂ ਮਹਾਰਾਜ ਨੇ ਸੋਝੀ ਬਖਸ਼ੀ ਸੀ ਕਿ ਦੇਖੋ ਦੋਨੇ ਮੋਢਿਆਂ 'ਤੇ ਬੈਠੇ ਨੇ ਚਿੱਤਰ ਖਿੱਚਣ ਵਾਲੇ, ਗੁਪਤ ਰੂਪ ਵਿੱਚ ਚਿੱਤਰਗੁਪਤ। ਫਿਰ ਕਹਿੰਦੇ ਕੌਣ ਪੜਦਾ ਟਕੂਗਾ, ਦੇ ਕਵਾੜ ਅਨਕ ਪੜਦੇ ਮੈਂ। ਹੁਣ ਉਹ ਬੈਠਾ ਸੀ ਉਸਦੇ ਸਰੀਰ ਵਿੱਚ, ਮਨ ਨੇ ਧੋਖਾ ਦੇਤਾ, ਰੂਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ। ਅਤੇ ਜਿਹੜਾ ਗੋਰਖਨਾਥ ਨਾਲ ਬਾਲ ਗਦਾਈ ਦਾ ਆਪਸ ਵਿੱਚ ਇੱਕ ਤਾਂ ਵਾਦ ਹੁੰਦਾ, ਇੱਕ ਵਿਵਾਦ ਸੰਵਾਦ ਹੋ ਗਿਆ, ਉਹਨੇ ਫਿਰ ਰੂਹਾਨੀ ਉਸ ਨੂੰ ਇੱਕ ਤਾਨਾ ਦਿੱਤਾ, ਅਲੰਭਾ ਦਿੱਤਾ। ਕਹਿੰਦਾ ਉਹ ਗੋਰਖ ਬਣਿਆ ਫਿਰਦਾ ਯੋਗੀ ਘਰ ਬਾਰ ਛੱਡ ਕੇ ਕਿ ਮੈਂ ਬਾਲ ਜਤੀ ਹਾਂ ਅਤੇ ਤੈਨੂੰ ਤਾਂ ਇਹ ਨਹੀਂ ਪਤਾ ਤੇਰਾ ਗੁਰੂ ਕਿੱਥੇ ਹੈ। ਹੈਰਾਨ ਪਰੇਸ਼ਾਨ ਹੋ ਗਿਆ, ਕਹਿੰਦਾ ਉਹ ਤਾਂ ਸਮਾਧੀ ਲਾਈ ਪਹਾੜਾਂ ਦੀਆਂ ਕਦਰਾਂ ਵਿੱਚ ਬੈਠਾ ਹੈ। ਕਹਿੰਦਾ ਨਹੀਂ, ਤੂੰ ਜਾ ਸੰਗਲਾ ਦੀਪ ਟਾਪੂ ਵਿੱਚ, ਉੱਥੇ ਉਹ ਰਾਜੇ ਅਮਰੂ ਦੇ ਸਰੀਰ ਵਿੱਚ ਬੈਠਾ ਹੈ, ਉੱਥੋਂ ਫਿਰ ਚੱਲਦਾ ਹੈ। ਉੱਥੇ ਜਾ ਕੇ ਫਿਰ ਜਿਹੜੀ ਆ ਹੁੰਦੀ ਆ ਨਾ ਜੋੜੀ, ਇਹਦੀ ਤਾਲ 'ਤੇ ਫਿਰ ਉਹਨੇ ਜਗਾਇਆ ਗੁਰੂ ਨੂੰ। ਉਹਨੇ ਬੈਨ ਕਰ ਦਿੱਤਾ ਸੀ ਕਿ ਕੋਈ ਕੰਨ ਪਾਟਾ ਜੋਗੀ ਮੇਰੇ ਰਾਜ ਵਿੱਚ ਨਾ ਆਵੇ, ਉਹਨੂੰ ਫਿਕਰ ਸੀ ਕਿ ਪਤਾ ਨਾ ਲੱਗ ਜਾਵੇ। ਪਰ ਜਿਹੜਾ ਆਪਣੇ ਗੁਰੂ ਦਾ ਧਿਆਨ ਧਰਦਾ ਉਹਨੂੰ ਤਾਂ ਪਤਾ ਹੀ ਹੁੰਦਾ ਹੈ। ਜਿਵੇਂ ਕਬੀਰ ਸਾਹਿਬ ਮੰਦਰ ਤੋਂ ਬਾਹਰ ਬੈਠੇ ਨੇ, ਰਾਮਾਨੰਦ ਅੰਦਰ ਪੂਜਾ ਕਰਦੇ ਨੇ, ਉਪਾਸਨਾ ਕਰਦੇ ਹਨ, ਮਾਲਾ ਪਹਿਨਾ ਦਿੱਤੀ, ਮੁਕਟ ਪਹਿਨਾ ਦਿੱਤਾ, ਮਾਲਾ ਪਹਿਨਾਈ ਨਾ, ਸਸੋ ਪੰਜ 'ਚ ਪੈ ਗਿਆ।
ਜੇ ਮਾਲਾ ਪਹਿਨਾਉਂਦਾ ਨਹੀਂ ਉਪਾਸਨਾ ਅਧੂਰੀ ਹੈ, ਜੇ ਮੁਕਟ ਲਾਉਂਦਾ ਬੇਅਦਬੀ ਹੈ। ਬਾਹਰ ਕਬੀਰ ਬੈਠੇ ਗੁਰੂ ਧਿਆਨ 'ਚ, ਕਹਿੰਦੇ ਗੁਰੂ ਜੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਤੁਸੀਂ ਇਹ ਜਿਹੜੀ ਮਾਲਾ ਹੈ ਵਿਜੰਤੀ ਮਾਲਾ, ਇਹਦੀ ਜਿਹੜੀ ਪਿੱਛੇ ਗੰਢ ਹੈ ਉਹ ਖੋਲ੍ਹ ਲਓ ਅਤੇ ਇਸ ਤਰ੍ਹਾਂ ਬਿਨਾਂ ਮੁਕਟ ਉਤਾਰੇ ਤੋਂ ਇਹ ਮਾਲਾ ਪਹਿਨ ਨਹਾ ਦਿਓ। ਉਹ ਬੜੇ ਹੈਰਾਨ, ਕਹਿੰਦੇ ਤੂੰ ਮੈਨੂੰ ਇੱਥੇ ਵੀ ਦੇਖ ਲਿਆ, ਕਿਉਂਕਿ ਗੁਰੂ ਦਾ ਧਿਆਨ ਐਸਾ ਪਵਿੱਤਰ ਧਿਆਨ ਹੈ। ਧਿਆਨ ਤਾਂ ਤਿੰਨ ਤਰ੍ਹਾਂ ਦਾ ਹੈ, ਜੇ ਗੁਰਮੁਖਾਂ ਦਾ ਧਿਆਨ ਆਉਂਦਾ ਹੈ, ਆਪਾਂ ਰੋਜ਼ ਅਰਦਾਸ ਕਰਦੇ ਹਾਂ ਪਾਤਸ਼ਾਹ ਉਹਨਾਂ ਪਿਆਰਿਆਂ ਦਾ ਮਿਲਾਪ ਕਰਾਈ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਦੂਜੇ ਨਾ ਸਾਕਤ ਸੰਗ ਨੱਕੀ, ਦੂਰੋਂ ਜਾਈਏ ਭਾਗ ਬਾਸਨ ਕਾਰੋ ਪਰਸੀਏ ਕੁਛ ਲਾਗੇ ਦਾਗ। ਇਸ ਤਰ੍ਹਾਂ ਦੀ ਇਸ ਦਰ 'ਤੇ ਅਰਦਾਸ ਹੁੰਦੀ ਹੈ। ਮਿਲੀ ਉਹਨਾਂ ਜੀ ਪਿਆਰਿਆਂ ਨੂੰ, ਮਿਲੀ ਉਹਨਾਂ ਜੀ ਪਿਆਰਿਆਂ ਨੂੰ, ਉਹ ਮੇਲੀ ਉਹਨਾਂ ਜੀ ਪਿਆਰਿਆਂ ਨੂੰ, ਮੇਲੀ ਉਹਨਾਂ ਪਿਆਰਿਆਂ ਨੂੰ, ਮਿਲਿਆ ਕਿਤੇ ਆਵੇ ਮਿਲੀ ਉਹਨਾਂ ਪਿਆਰਿਆਂ ਨੂੰ, ਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਮਿਲੀ ਉਹਨਾਂ ਪਿਆਰਿਆਂ ਨੂੰ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਇਸ ਕਰਕੇ ਧਿਆਨ ਰੂਪ ਵੱਲ ਨਾ ਜਾਵੇ, ਉੱਥੋਂ ਤਾਂ ਕੀ ਆਓ, ਰੂਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ। ਇਸ ਵਾਸਤੇ ਗੁਰਮੁਖਾਂ ਦਾ ਜਿਹੜੇ ਨਾਮ 'ਚ ਸਥਿਤ ਹਨ ਉਹਨਾਂ ਦਾ ਧਿਆਨ ਆਵੇ। ਧਿਆਨ ਠਹਿਰਾਉਣ ਦਾ ਇੱਕ ਪ੍ਰਤੀਕ ਧਿਆਨ ਹੈ,
ਸਫਲ ਮੂਰਤ ਪਰਸ ਸੰਤਨ ਕੀ ਇਹ ਧਿਆਨਾਂ ਧਰਨਾ। ਹੁਣ ਗੋਰਖ ਧਿਆਨ ਧਰਦਾ ਤਾਂ ਪਤਾ ਲੱਗਦਾ, ਉਹਦਾ ਤਾਂ ਧਿਆਨ ਸਾਰਾ ਰਿੱਧੀਆਂ ਸਿੱਧੀਆਂ ਵਿੱਚ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਫਿਰ ਕੀ ਕੀਤਾ, ਹੁਣ ਜਦੋਂ ਉਹਨੇ ਧਿਆਨ ਧਰਿਆ ਪਤਾ ਲੱਗ ਗਿਆ ਕਿ ਗੁਰੂ ਤਾਂ ਉੱਥੇ ਬੈਠਾ ਹੈ, ਉਹਨੇ ਫਿਰ ਜਾ ਕੇ ਗੁਰੂ ਨੂੰ ਜਗਾਇਆ। ਮੰਨੈ ਤਰੈ ਤਾਰੈ ਗੁਰ ਸਿੱਖ। ਕਈ ਵਾਰੀ ਐਸਾ ਵੀ ਹੋ ਜਾਂਦਾ ਹੈ, ਚੇਲੇ ਨੇ ਫਿਰ ਉਹ ਆਪਣੇ ਗੁਰੂ ਮਛੰਦਰ ਨੂੰ ਤਾਰਿਆ, ਸੋਧੀ ਬਖਸ਼ੀ, ਉੱਥੋਂ ਕੱਢ ਕੇ ਲਿਆਇਆ ਕਿ ਇਹ ਨਹੀਂ ਠੀਕ, ਕਿਉਂਕਿ ਜੇ ਰੂਪ ਦਾ ਧਿਆਨ ਆ ਗਿਆ ਉੱਥੇ ਫਿਰ ਐਸੇ ਹੀ ਹਾਲ ਹੋਣਾ ਹੈ। ਇਹ ਪ੍ਰਤੀਕ ਧਿਆਨ, ਜਿਹਦਾ ਧਿਆਨ ਧਰੋ ਦੇ ਗੁਣ ਆ ਜਾਂਦੇ ਹਨ। ਸਾਂਝ ਕਰੀਜੈ ਗੁਣਹਿ ਕੇਰੀ, ਸਾਂਝ ਸਾਨੂੰ ਗੁਣਾਂ ਦੀ ਪਾਉਣੀ ਹੈ, ਅਵਗੁਣ ਤਾਂ ਛੱਡਣੇ ਹਨ। ਇਸ ਤਰ੍ਹਾਂ ਇਹ ਜਿਹੜੇ ਗੁਣ ਆਰਣ ਉਹਨੂੰ ਕਹਿੰਦੇ ਨੇ ਫਿਰ ਪ੍ਰਤੀਕ ਧਿਆਨ ਤੋਂ ਬਦਲ ਕੇ ਸੰਪਤ ਧਿਆਨ। ਸੰਪਤ ਧਿਆਨ ਤੋਂ ਬਾਅਦ ਆਉਂਦਾ ਹੈ ਗੁਰਮੂਰਤ, ਗੁਰ ਸ਼ਬਦ ਹੈ, ਸ਼ਬਦ ਹੈ ਧੁਨ, ਉਸ ਨੂੰ ਕਿਹਾ ਹੈ ਧੁਨਮੈਂ ਧਿਆਨ। ਕਿ ਉਹ ਮਨ ਵਿੱਚ ਐਸਾ ਧਿਆਨ ਲਿਆਓ ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਮਨ ਵਿੱਚ ਗੁਰਾਂ ਦੀ ਮੂਰਤ ਦਾ, ਹੋ ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਉਹ ਹੈ ਅਹੰਗ੍ਰਹ ਧਿਆਨ। ਗੁਰਮੂਰਤ ਗੁਰ ਸ਼ਬਦ ਹੈ, ਹੁਣ ਇੱਥੇ ਸ਼ਬਦ ਦੀ ਸਾਂਝ ਪਾਉਣੀ ਹੈ, ਕਿਉਂਕਿ ਅਸੀਂ ਬੁੱਤ ਦੀ ਪੂਜਾ ਨਹੀਂ ਕਰਨੀ। ਅਸੀਂ ਤਾਂ ਜਿਹੜੀ ਇਹ ਜੋਤ ਹੈ ਉਹ ਜਿਹੜੀ ਸਾਰਿਆਂ 'ਚ ਵਿਰਾਜ ਰਹੀ ਹੈ, ਅਸੀਂ ਉਸ ਦੇ ਪੂਜਾ ਕਰਦੇ ਹਾਂ। ਪੂਜਾ ਅਕਾਲ ਕੀ, ਜਿਹੜਾ ਕਾਲ ਤੋਂ ਰਹਿਤ ਹੈ ਉਹ ਹੈ ਅਕਾਲ ਪੁਰਖ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਦਾ, ਮਨ ਨੂੰ ਪਰਚਾਈ ਰੱਖਣਾ ਇਸ ਪਾਸੇ ਵੱਲ, ਕਿਉਂਕਿ ਸੁਰਤ ਜਾਣੀ ਉਸ ਪਾਸੇ ਵੱਲ ਨੂੰ ਹੈ ਜਿੱਧਰੋਂ ਧੁੰਨ ਨੇ ਆਉਣਾ ਹੈ। ਇਹ ਸਰੀਰ ਵਿੱਚ ਇਹ ਜਿਹੜੀ ਜੋਤ ਸੀ ਉਹ ਪ੍ਰਵੇਸ਼ ਨਹੀਂ ਸੀ ਕਰਨਾ ਚਾਹੁੰਦੀ, ਕਿਉਂਕਿ ਸਰੀਰ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੈ। ਇਹਦੇ ਵਿੱਚ ਤੁਸੀਂ ਦੇਖ ਲਓ ਕਿਤੇ ਵੀ ਜਿਹੜੇ ਦਰਵਾਜ਼ੇ ਨੇ ਇਹਨਾਂ 'ਚੋਂ ਕਿੰਨੀ ਮੈਲ ਨਿਕਲਦੀ ਹੈ,
ਉਸ ਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ। ਹੁਣ ਜਦੋਂ ਸਰੀਰ ਵਿੱਚ ਆਏ ਸੀ ਬਿਸਟਾ ਅਸਤ ਰਕਤ ਪਰੇਟੇ ਚਾਮ ਇਹਦੇ ਜਿਵੇਂ ਕੋਈ ਗਾਰਬੇਜ ਬੈਗ ਹੈ ਉਹਦੇ ਵਿੱਚ ਕਿੰਨਾ ਕੁਝ ਹੁੰਦਾ, ਉਹਦੇ ਉੱਤੇ ਪਲਾਸਟਿਕ ਚੜ੍ਹ ਜਾਂਦੀ, ਬੰਦ ਕਰ ਦਿੱਤੀ ਜਾਂਦੀ ਹੈ। ਅਤੇ ਇਸ ਤਰ੍ਹਾਂ ਦੇ ਨਾਲ ਇਹਦੇ ਉੱਤੇ ਅਸੀਂ ਮਾਣ ਕਰਦੇ ਹਾਂ। ਇਹਦੇ ਵਿੱਚ ਉਹ ਰਹਿਣਾ ਨਹੀਂ ਸੀ ਚਾਹੁੰਦਾ। ਬੜੀਆਂ ਕਹਾਣੀਆਂ ਨੇ ਅਤੇ ਇੱਕ ਕਹਾਣੀ ਸੀਨੇ ਬਸੀਨੇ ਚੱਲੀ ਆਉਂਦੀ ਹੈ ਕਿ ਇਹਦੇ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ। ਉੱਥੇ ਵਿਚਾਰ ਚੱਲੀ ਕਿ ਫਿਰ ਇਹਨੂੰ ਕਿਵੇਂ ਇਹਦੇ ਵਿੱਚ ਛੱਡੀਏ। ਨਾਮ ਅਮੋਲਕ ਹੈ, ਇਹਨੇ ਲੱਭ ਲੈਣਾ, ਕਹਿੰਦੇ ਕੰਦਰਾਂ 'ਚੋਂ ਵੀ ਲੱਭ ਲਓ, ਜਿਵੇਂ ਯੋਗੀ ਪਹਾੜਾਂ 'ਤੇ ਚੜ੍ਹ ਗਏ ਕਿਤੇ ਹੋਰ ਰੱਖਿਆ ਉੱਥੋਂ ਵੀ ਲੱਭ ਲਓ। ਕਹਿੰਦੇ ਇਹਦੇ ਅੰਦਰ ਹੀ ਰੱਖ ਦਿਓ। ਇਹ ਸਰੀਰ ਸਭ ਧਰਮ ਹੈ, ਅੰਦਰ ਸੱਚੇ ਕੀ ਵਿੱਚ ਜੋਤ ਗੁਹਜ ਰਤਨ। ਇੰਨੇ ਅਮੋਲਕ ਰਤਨ ਸਾਈ ਨਾਮ ਅਮੋਲ ਇਹਦੇ ਸਰੀਰ ਵਿੱਚ ਹੀ ਰੱਖ ਦਿੱਤਾ। ਜਦੋਂ ਇਹ ਰੱਖ ਦਿੱਤਾ ਕਹਿੰਦੇ ਤਾਂ ਫਿਰ ਬਾਹਰ ਦੌੜਿਆ ਫਿਰਦਾ ਹੈ ਕਿ ਨਾਮ ਚੱਲੋ ਫਲਾਣੇ ਤੋਂ ਲੈ ਕੇ ਆਓ। ਇੰਨਾ ਕੀਮਤੀ ਕੋਈ ਦਊ ਨਹੀਂ ਦਿੰਦਾ, ਨਾਮ ਤਾਂ ਅੰਦਰੋਂ ਮਿਲਦਾ। ਰੱਬ ਦਾ ਰਾਹ ਜਾਂਦਾ ਹੈ, ਉਹਨੂੰ ਆਤਮ ਮਾਰਗ ਕਿਹਾ। ਉਹਦੇ 'ਤੇ ਵੀ ਜਾਂਦੇ ਜਾਂਦੇ ਕਿੰਨੇ ਰੌਲੇ ਪਾਉਂਦੇ ਨੇ। ਠੀਕ ਹੈ, ਅਸੰਖ ਜਪ ਜਪਣ ਦੇ ਢੰਗ ਅਨੇਕਾਂ ਹੀ ਹਨ, ਅਣਗਿਣਤ ਹਨ। ਅਤੇ ਜੋ ਜਿਹੜਾ ਸਾਡਾ ਰਸਤਾ ਹੈ ਕਲਯੁਗ, ਨਾਨਕ ਨਾਮ ਸਿਖਾਲਾ, ਨਾਨਕ ਕੇ ਕਰ ਕੇਵਲ ਨਾਮ, ਇਹ ਸਾਡਾ ਗੁਰੂ ਹੈ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਸਾਨੂੰ ਅੰਦਰ ਜਾਣ ਦਾ ਰਸਤਾ ਦੱਸਦੀ ਹੈ, ਵੇ ਆਫ ਲਾਈਫ ਤੋਂ ਏਮ ਆਫ ਲਾਈਫ ਤੱਕ ਲੈ ਕੇ ਜਾਂਦੀ ਹੈ। ਅਹੰਗ੍ਰਹਿ ਧਿਆਨ 'ਚ ਦੂਜਾ ਨਜ਼ਰ ਨਹੀਂ ਆਉਂਦਾ, ਉੱਥੇ ਫਿਰ ਇੱਕੋ ਹੀ ਜੋਤ ਨਜ਼ਰ ਆਉਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਜਦੋਂ ਸਰੀਰ ਅਲੋਪ ਕਰਦੇ ਹਨ ਉਸ ਸਮੇਂ ਉਹ ਜੋਤ ਜਿਹੜੀ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਨੂੰ ਗੁਰੂ ਦਾ ਰੂਪ ਦਿੱਤਾ। ਪ੍ਰੈਕਟੀਕਲੀ ਗੁਰੂ ਮੰਤਰ ਦੇਣ ਵਾਸਤੇ ਗੁਰੂ ਮਹਾਰਾਜ ਨੇ ਪੰਜ ਪਿਆਰਿਆਂ ਦੀ ਡਿਊਟੀ ਲਾਈ, ਜੋ ਗੁਰੂ ਦੀ ਤਾਬ ਹੈ। ਇਹ ਸਾਰੀ ਪ੍ਰਕਿਰਿਆ ਅੰਮ੍ਰਿਤ ਛਕਾਉਣ ਸਮੇਂ ਇਹ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਉਂਦੇ ਹਨ। ਉਸ ਸਮੇਂ ਗੁਰੂ ਮਹਾਰਾਜ ਕਹਿੰਦੇ ਖਾਲਸਾ ਜੀ, ਤੁਸੀਂ ਮੇਰਾ ਰੂਪ ਹੋ, ਖਾਸ ਹੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਇਹਦੇ ਵਿੱਚ ਹੀ ਮੈਂ ਰਹਿਣਾ, ਕਿਤੇ ਜਾਣਾ ਨਹੀਂ। ਮੇਰੀ ਇਹ ਖੇਤੀ, ਖੇਤੀ ਨੂੰ ਕੋਈ ਛੱਡ ਕੇ ਜਾਂਦਾ? ਗੁਰੂ ਤਾਂ ਜੁਗੋ ਜੁਗ ਅਟਲ ਹੈ, ਉਹ ਹੈ ਬਾਣੀ ਗੁਰੂ, ਗੁਰੂ ਹੈ ਬਾਣੀ। ਤੁਹਾਨੂੰ ਇਸ 'ਤੇ ਲੜ ਲਾਇਆ ਅਤੇ ਤੁਸੀਂ ਇਸ ਜੋਤ ਨੂੰ ਮੰਨਣਾ ਹੈ, ਜੋ ਸਾਡੀ ਇਹ ਜੋਤ ਹੈ। ਜਪੋ ਖਾਲਸਾ ਜੀ ਤੁਸੀਂ ਜਾਗ ਜੋਤ ਨੂੰ,
ਦੀਜੋ ਪਨ ਜਾਗਤ ਜੋਤ ਜਪੈ ਨਿਤ ਸਵਾਸਰ ਏਕ ਬਿਨਾ ਮਨ ਪੂਰਨ ਪ੍ਰੇਮ ਪ੍ਰਤੀ ਸਜੇ ਵ੍ਰਤ ਗੋਰ ਅਣੀ ਹਠ ਪੂਲਨ ਹੋ ਤੀਰਥ ਦਾਨ ਦਿਆ ਤਪਸ ਏਕ ਨੈ ਏਕ ਪਸੁਨ ਪੂਰਨ ਜੋਤ ਜਗੇ ਕਟ ਮੈਂ ਤਵ ਘਟ ਹੈ ਤਾਂ ਸਾਰੀਆਂ ਘਟਾਂ ਵਿੱਚ ਹੁਣ ਕਿਵੇਂ ਉਹ ਸਰਵਣ ਹੁੰਦਾ ਹੈ ਕਿਵੇਂ ਦਿਖਦਾ ਹੈ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ ਹੁਣ ਉਹ ਅੰਦਰ ਤਾਂ ਦੇਵਕਾਨ ਹਨ ਇਹ ਤਾਂ ਬਾਹਰਲੀਆਂ ਨਿੰਦਿਆ ਚੁਗਲੀਆਂ ਸੁਣਦੀਆਂ ਅੱਖਾਂ ਨਾਲ ਬਾਹਰੋਂ ਰੂਪ ਵੇਖਦੇ ਥੱਕ ਕੇ ਅੱਖੀਆਂ ਵੇਖ ਨਾ ਰੱਜੀਆਂ ਬਹੁਤ ਰੰਗ ਤਮਾਸੇ ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਪਿਰਹੜੀ ਸੱਚੀ ਰਹਿਰਾਸੇ ਇਹ ਤਾਂ ਨਿਭ ਜਾਵੇ ਨਿਭਾਉਣੀ ਪੈਂਦੀ ਹੈ ਸਿੱਖੀ ਕੋਈ ਸੌਖੀ ਨਹੀਂ ਇਹ ਤਾਂ ਖੰਨਿਓ ਤਿੱਖੀ
ਵਾਲੋਂ ਨਿੱਕੀ ਏਤ ਮਾਰਗ ਜਾਣ, ਕੋਈ ਸੌਖਾ ਹੈ? ਅਸੀਂ ਦੌੜਦੇ ਹਾਂ ਕਿ ਚਲੋ ਸੌਖਾ ਹੀ ਨਾਮ ਲੈ ਆਈਏ, ਕੋਈ ਅੱਜ ਤੱਕ ਦੇ ਹੀ ਨਹੀਂ ਸਕਿਆ, ਹੁਣ ਕਿਵੇਂ ਦੇਵੇਗਾ? ਘਰ ਘਰ ਹੋਏ ਬਹਿਗੇ ਨਾਮਾਂ, ਤਿੰਨ ਤੇ ਸਵਰੇ ਨਾ ਵਰੇ ਕੰਮ, ਉਹ ਨਾਮ ਨਹੀਂ ਕਿ ਕੰਨ 'ਚ ਦੇਣਾ। ਇਹ ਤਾਂ ਪੰਜ ਪਿਆਰੇ ਜੋ ਵੀ ਹਨ ਗੁਰੂ, ਅਸੀਂ ਕਿਸੇ ਨੂੰ ਨਿੰਦਦੇ ਨਹੀਂ, ਨਾ ਅਸੀਂ ਆਪਣੇ ਗੁਰੂ ਦੀ ਨਿੰਦਿਆ ਸੁਣ ਸਕਦੇ ਹਾਂ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਦੋਂ ਅਸੀਂ ਕਿਸੇ ਦੀ ਨਹੀਂ ਕਰਦੇ ਫਿਰ ਸਾਡੇ ਗੁਰੂ ਦੀ ਵੀ ਕੋਈ ਕਿਵੇਂ ਕਰ ਸਕਦਾ? ਸਾਡਾ ਤਾਂ ਗੁਰੂ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ। ਇਸ ਵਾਸਤੇ ਅਸੀਂ ਆਪਣੇ ਘਰ ਦੀ ਗੱਲ ਕਰਦੇ ਹਾਂ, ਦੂਜਿਆਂ ਨੂੰ ਚਲੋ ਮੁਬਾਰਕ ਉਹਨਾਂ ਨੂੰ ਜੋ ਉਹਨਾਂ ਦਾ ਪਰਵਾਸਾ ਹੈ, ਭਰੋਸਾ ਹੈ, ਪਰ ਉਹ ਸਰੀਰ ਨਾਸ਼ਵੰਤ ਹਨ। ਇਹ ਦੇਹੀ ਨਿੱਤ ਨਹੀਂ ਰਹਿੰਦੀ, ਅਨਿੱਤ ਨਹੀਂ ਰਹਿੰਦੀ, ਇਹ ਬਿੰਸ ਜਾਂਦੀ ਹੈ। ਗੁਰੂ ਮਹਾਰਾਜ ਉਸ ਸਮੇਂ ਕਹਿੰਦੇ ਦੇਖੋ ਸਿੱਖੋ, ਹੁਣ ਉਹ ਦਿਖਾਇਆ ਵੀ ਉਸ ਸਮੇਂ, ਜਥੇਦਾਰ ਸੰਤੋਖ ਸਿੰਘ ਚਰਨ ਫੜਦਾ ਹੈ, ਫਿਰ ਸੋਚਦਾ ਕਿ ਮੈਂ ਗੁਰੂ ਮਹਾਰਾਜ ਨੂੰ ਜੱਫਾ ਮਾਰ ਲੈਣਾ। ਉਹ ਐਂ ਪਾਉਂਦਾ ਹੱਥ, ਹੁਣ ਸੂਖਸ਼ਮ ਹੈ ਗੁਰੂ, ਹੱਥ ਆਪਣੀ ਛਾਤੀ ਨਾਲ ਲੱਗ ਜਾਂਦੇ ਨੇ, ਦਿਸਦਾ ਹੈ। ਅਤੇ ਮਹਾਰਾਜ ਕਹਿੰਦੇ ਸਰੀਰਾਂ ਦਾ ਪਿਆਰ ਕਾਹਦਾ, ਇਹ ਤਾਂ ਇਹਦਾ ਬਾਲਕ ਰਾਜਾ, ਇਹ ਨਗਰੀ ਕਾਚੀ ਹੈ, ਦੁਸ਼ਟਾਂ ਨਾਲ ਇਹਦਾ ਪਿਆਰ ਹੈ। ਇਹ ਤਾਂ ਕੀ, ਆਪਾਂ ਇਸ ਸਰੀਰ ਨੂੰ ਦੇਖੋ, ਵੱਡੇ ਵੱਡੇ ਹੋਏ ਸਰੀਰ ਕਰਕੇ ਉਹ ਨਹੀਂ ਰਹੇ, ਆਪਾਂ ਰਹਿਣਾ ਕਿਸੇ ਨੇ ਜਾਂ ਰਹਿਣਾ ਨਹੀਂ। ਐਤ ਜਗ ਤੱਕ ਆਇਤ ਗਰਭ ਹੰਡੀ ਹੈ, ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੂਝੀਏ, ਮੂਰਖ ਹੈ ਨਾਲ ਨਾ ਲੁਝੀਏ। ਦੂਜਿਆਂ ਦੀ ਤਾਂ ਅਸੀਂ ਗੱਲ ਨਹੀਂ ਕਰਦੇ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨੌ ਬੁਰਾ। ਤੁਸੀਂ ਗੁਰੂ ਵਾਲੇ ਹੋ, ਜਿਨ੍ਹਾਂ ਨੇ ਗੁਰੂ ਤੋਂ ਮੰਤਰ ਲੈ ਲਿਆ, ਉਹ ਮੰਤਰ ਨੇ ਪਾਰ ਲਾ ਦੇਣਾ ਹੈ। ਇਸ ਵਾਸਤੇ ਵਿਸ਼ਵਾਸ ਭਰੋਸਾ ਲਿਆਓ। ਗੁਰੂ ਮਹਾਰਾਜ ਕਹਿੰਦੇ ਦੇਖੋ ਸਿੱਖੋ, ਇਹ ਖਾਲਸਾ ਵਿੱਚ ਮੈਂ ਨਿਵਾਸ ਰੱਖਣਾ ਹੈ, ਕਿਤੇ ਜਾਣਾ ਨਹੀਂ। ਪੰਜਾਂ 'ਚ ਪਰਮੇਸ਼ਰ ਹੈ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚਾ ਕਾ ਗੁਰ ਏਕ ਧਿਆਨ, ਗੁਰ ਕੀ ਮੂਰਤ ਮਨ ਮੈਂ ਧਿਆਨ। ਜਿੱਥੇ ਕਰਮ ਉਪਾਸਨਾ ਗਿਆਨ ਵਿਗਿਆਨ ਇਹ ਸਾਰਾ ਜਿੱਥੇ ਹੁੰਦਾ ਹੈ, ਅਵਸਥਾਵਾਂ ਹਨ, ਇਸ ਤਰ੍ਹਾਂ ਦੇ ਨਾਲ ਕਰਦੇ ਕਰਦੇ ਉਸ ਅਵਸਥਾ 'ਤੇ ਪਹੁੰਚਣਾ। ਸਰੀਰਾਂ ਦਾ ਪਿਆਰ ਨਹੀਂ, ਸਰੀਰ ਤਾਂ ਰਹਿਣਾ ਹੀ ਨਹੀਂ, ਇਹਦੇ ਵਿੱਚ ਜਿਹੜੀ ਜੋਤ ਹੈ ਉਹਨੂੰ ਪਛਾਣੋ। ਅਤੇ ਇੱਥੇ ਪਾਤਸ਼ਾਹ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਏ, ਦੇਖੋ ਕਿੱਡੇ ਕਿੱਡੇ ਹੋਏ, ਉਹ ਤਾਂ ਉਮਰਾਂ ਹੀ ਕਰੋੜਾਂ ਸਾਲ, ਅਰਬਾਂ ਖਰਬਾਂ ਸਾਲ, ਸਤਿਯੁਗ ਐਸੇ ਯੁੱਗ, ਕਿੰਨੀਆਂ ਵੱਡੀਆਂ ਵੱਡੀਆਂ ਉਮਰਾਂ। ਵੱਡੀ ਉਮਰ ਦਾ ਕੀ ਹੈ, ਸਰੀਰ ਤਾਂ ਨਾਸ਼ਵੰਤ ਹਨ, ਇੱਥੇ ਬੈਠਣਾ ਕਿਸੇ ਨੇ ਰਹਿਣਾ, ਆਈ ਤੁਰੇ ਚਾਵਣਾ, ਜੀਵਾਰੀ ਆਈ ਤੁਰ ਜਾਵਣਾ।
ਆਈ ਤੁਰੇ ਸਾਵਣਾ ਵਾਰੀ ਆਈ ਤੁਰੇ ਸਾਵਣਾ ਆਈ ਜੀ ਤੁਰ ਚਾਵਣਾ ਹਰੀ ਆਈ ਲਾਵਣਾ ਕਿੱਥੇ ਗਏ ਜ਼ਮੀਨ ਅਸਮਾਨ ਨੂੰ ਪੁੱਛਦੀ ਖੇਵਟ ਕਿਨ ਗਏ ਜਿਹੜੇ ਹੋਏ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ ਇਹ ਸਵਾਲ ਜਵਾਬ ਜਦੋਂ ਹੋਏ ਜੋਗੀਆਂ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਿਉਂਕਿ ਵੇਦਾਂਤ ਕਹਿੰਦਾ ਮਾਇਆ ਦਾ ਸੰਬੰਧ ਪਰਮੇਸ਼ਰ ਨਾਲ ਹੋਇਆ ਮਾਇਆ ਅਨਾਦੀ ਇੱਥੇ ਗੁਰਬਾਣੀ ਤੋਂ ਵੱਖ ਹੈ ਹੋ ਗਈ ਵੇਦਾਂਤ ਜਿੱਥੇ ਵੇਦਾਂ ਦਾ ਅੰਤ ਵੇਦਾਂਤ ਹੁਣ ਉਹ ਤਾਂ ਆਪਣੀ ਮਾਇਆ ਆਪ ਸਾਰੀ ਇਹ ਤਿੰਨੇ ਮਾਇਆ ਦੇ ਦੇਵਤੇ ਨੇ ਕਰੋੜਾਂ ਸਾਲਾਂ ਦੀਆਂ ਉਮਰਾਂ
ਚਲੇ ਗਏ। ਮਹਾਰਾਜ ਕਹਿੰਦੇ, ਗੁਰਬਾਣੀ ਕਹਿੰਦੇ ਤਾਂ ਮਾਇਆ ਦੇ ਦੇਵਤੇ ਨੇ ਬਰਮਾ ਵਿਸ਼ਨੂੰ ਮਹੇਸ਼, ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤ ਆਏ ਵੜਾਣ, ਉਸ ਨੂੰ ਆਦੇਸ਼ ਹੈ ਜਿਹੜਾ ਸਦਾ ਰਹਿਣ ਵਾਲਾ ਨਾਮ ਰਹੋ ਗੋਬਿੰਦ ਰਹੋ, ਇਹ ਸਦਾ ਰਹਿਣ ਵਾਲੇ ਨੇ। ਰਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ, ਕਹ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਇਹ ਤਾਂ ਸਾਰਾ ਦੇਖਣ ਵਾਲੀ ਵਸਤੂ ਨਾਸ਼ਵੰਤ ਹੈ, ਇਸ ਕਰਕੇ ਜਾਗਦੀ ਜੋਤ ਨੂੰ ਮੰਨੋ। ਦੇਖੋ ਕਿੱਥੇ ਗਏ, ਬਰਮਾ ਉਹ ਪਿਸਨ ਕਿਤੇ ਵੇਦੇ ਉਹ ਪੁਰਾਣ ਕੇ ਸਿਮਰਤ ਸਮਹਾਨ ਕੇ, ਵੇਦਾਂ ਦੇ ਰਚਤਾ ਸਿਮਰਤੀਆਂ ਦੇ ਰਚਣ ਵਾਲੇ ਕਿੱਥੇ ਚਲੇ ਗਏ, ਪਰ ਉਹ ਜਿਹੜਾ ਸਾਧੋ ਰਚਨਾ ਰਾਮ ਬਣਾਈ, ਜਿਹੜੇ ਸਿਮਰਤ ਸ਼ਾਸਤਰ ਨੇ, ਸਿਮਰਤ ਦੇ ਪ੍ਰਾਣ ਪੁਕਾਰ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਇੱਥੇ ਤਾਂ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹਦੇ ਨਾਲ ਕਾਹਦਾ ਪਿਆਰ ਪਾਇਆ, ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ। ਉਹ ਪੀਰ ਉਹ ਪੈਗੰਬਰ ਕਹਤੇ ਗਨੇ ਨਾ ਪਰਤੇ ਉਮਹੀ ਤੇ ਹੋਏ ਕੇ ਫੇਰ ਮੌਨ ਦੀ ਮਦਾਰ ਕੀਤੇ, ਅਸ਼ਨੀ ਕੁਮਾਰ ਕੀਤੇ, ਅੰਸਾ ਅਵਤਾਰ ਕੀਤੇ, ਕਾਲ ਵਸਤੇ ਹੈ ਤਾਂ ਸਾਰੇ ਕਾਲ ਦੇ ਅਧੀਨ ਨੇ, ਇਸ ਕਰਕੇ ਕਾਲ ਦੀ ਜਗ੍ਹਾ ਅਕਾਲ ਦੀ ਪੂਜਾ ਕਰੋ। ਕਹਿੰਦੇ ਅਸੀਂ ਵੀ ਉਹਦੀ ਕੀਤੀ, ਜਿੱਥੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਵਤ ਹੈ ਤਾਂ ਦੁੱਖ ਤਪੱਸਿਆ ਸਾਧੀ ਮਹਾਕਾਲ, ਕਾਲ ਦਾ ਵੀ ਕਾਲ ਅਕਾਲ ਮਹਾਕਾਲ, ਕਾਲ ਕਾ ਆਰਾਧੀ। ਇਸ ਤਰ੍ਹਾਂ ਇਹਨੂੰ ਕਰੋ, ਉਹ ਜੋਤ ਨੂੰ ਪਛਾਣੋ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਮਨਾ, ਕਾਹਨੂੰ ਇਹਨਾਂ ਚ ਪਰਚਿਆਂ ਪਿਆ, ਇਹ ਤੇਰਾ ਦੇਸ਼ ਨੀ ਮਨ ਪਰਦੇਸੀਆ।
ਤੇ ਰਾਦੇਸ ਮਨ ਪਰਦੇਸੀਆ, ਇਹ ਨਾ ਤੇ ਰਾਦੇ ਪਰਦੇਸੀਆ, ਤੇਰਾ ਤੇ ਨਾ ਤੇਰਾ ਦੇਸ਼ ਪਰਦੇਸੀਆ, ਤੇਰਾ ਦੇਸ਼ ਪਰਦੇਸੀਆ, ਮਨ ਪਰਦੇਸੀਆ ਇਹਨਾ ਤੇਰਾ ਦੇਸ਼, ਮਨ ਪਰਦੇਸੀਆ ਵੇ ਪਿਆਰੇ ਆਓ ਘਰੇ। ਹੁਣ ਮਨ ਨੂੰ ਉਸ ਕਿਵੇਂ ਲਿਆਉਣਾ ਘਰ 'ਚ, ਇਹ ਗੁਰੂ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਦੱਸਦੀ ਹੈ। ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਸੋ ਇੱਥੋਂ ਮਨ ਬਾਰੇ ਵਿਚਾਰ, ਕੱਲ੍ਹ ਦਾ ਜਿਹੜਾ ਰਾਤਰੀ ਦਾ ਸਤਸੰਗ ਹੈ ਉਹਦੇ ਵਿੱਚ ਕਰਾਂਗੇ। ਬੇਨਤੀਆਂ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ, ਗੁਰਸੰਗਤ ਬਖਸ਼ ਦੇਵੇ। ਧੰਨਵਾਦ ਤੁਹਾਡਾ ਜਿਹੜਾ ਇੰਨੀ ਰੁਝੇਵਿਆਂ ਭਰੇ ਲਾਈਫ 'ਚੋਂ, ਇੰਨੀ ਬੀਜੀ ਲਾਈਫ 'ਚੋਂ ਸਮਾਂ ਕੱਢਿਆ, ਗੁਰੂ ਦੇ ਦਰਬਾਰ 'ਚ ਪਹੁੰਚੇ ਹੋ। ਅਤੇ ਹੁਣ ਜਿਹੜਾ ਅਗਲਾ ਪ੍ਰੋਗਰਾਮ ਹੈ, ਪ੍ਰਬੰਧਕ ਸਹਿਬਾਨ ਉਸ ਤੋਂ ਗਿਆਤ ਕਰਵਾਉਣਗੇ। ਸਾਨੂੰ ਛੁੱਟੀਆਂ ਬਖਸ਼ੋ, ਇੰਨਾ ਪਿਆਰ ਨਾਲ ਤੁਸੀਂ ਬੈਠ ਕੇ ਸਰਵਣ ਕੀਤਾ, ਨਹੀਂ ਤਾਂ ਬਹੁਤੀ ਸੰਗਤ ਐਸੀ ਹੁੰਦੀ ਹੈ, ਠੀਕ ਹੈ ਭਲਾ ਉਹ ਵਿਚਾਰੇ ਕੀ ਕਾਰਨ, ਹੈਂਡ ਟੂ ਮਾਊਥ, ਇੱਥੇ ਤਾਂ ਵਿਹਲ ਨਹੀਂ। ਸਾਡੇ ਤਾਂ ਉੱਥੇ ਕਈ ਕੋਟ ਬੈਠਤ ਹੀ ਖਾਏ, ਇੱਥੇ ਦੇਖਿਆ ਕਈ ਕੋਟ ਘਾਲ ਹੈ, ਥੱਕ ਪਾਏ, ਆਉਂਦੇ ਨੇ ਚਲੇ ਜਾਂਦੇ ਨੇ। ਪਰ ਜਿਹੜੇ ਧੰਨ ਨੇ ਸਮਾਂ ਕੱਢਿਆ, ਤੁਸੀਂ ਧੰਨਵਾਦ, ਤੁਹਾਡਾ ਪ੍ਰਬੰਧਕਾਂ ਦਾ ਵੀ ਧੰਨਵਾਦ, ਸਤਿਗੁਰਾਂ ਦਾ ਕੋਟਾਨ ਕੋਟ ਵਾਰ ਧੰਨਵਾਦ, ਨਮਸਕਾਰ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।